ਖਬਰ ਮੋਗਾ ਦੀ ਹੈ ਜਿੱਥੇ ਪੁਲਿਸ ਨੇ ਪਿਛਲੇ ਦਿਨੀ ਸ਼ਹਿਰ ਵਿੱਚ ਹੋਈਆਂ ਵੱਖ-ਵੱਖ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 5 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਥੇ ਹੀ ਇਸ ਗਿਰੋਹ ਦਾ ਮੁੱਖ ਸਰਗਨਾ ਅਜੇ ਪੁਲਿਸ ਦੀ ਹਿਰਾਸਤ ਵਿੱਚੋਂ ਬਾਹਰ ਹੈ, ਜਿਸ ਨੂੰ ਪੁਲਿਸ ਨੇ ਜਲਦੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ, ਇੱਕ ਆਲਟੋ ਕਾਰ ਅਤੇ 28,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਤੇ ਲੈ ਲਿਆ ਅਤੇ ਇਨ੍ਹਾਂ ਕੋਲੋਂ ਕੁਝ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਨੇ ਕਿਹਾ ਕਿ ਇੱਕ ਹੋਟਲ ਮੈਨੇਜਰ ਤੋਂ ਜੋ ਲੁੱਟ ਹੋਈ ਹੈ ਉਸ ਵਿੱਚ ਉਸ ਦਾ ਕੋਈ ਹੱਥ ਨਹੀਂ ਅਤੇ ਉਸ ਦੀ ਮੈਨੇਜਰ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ, ਜਿਸ ਦੇ ਚੱਲਦੇ ਉਸ ਨੂੰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਹੈ। ਇੱਕ ਲੁੱਟ ਹੋ ਰਹੀ ਵਾਰਦਾਤ ਦੀ ਤਿਆਰੀ ਕਰਦਾ ਹੋਇਆ ਗੈਂਗ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਹਨਾਂ ਕੋਲੋਂ ਪਿਸਟਲ ਅਤੇ ਨਕਦੀ ਜੋ ਪਿੱਛੇ ਦੇ ਮੋਬਾਈਲਾਂ ਵਾਲੀ ਦੁਕਾਨ ਤੋਂ ਕੰਨ 'ਤੇ ਪਿਸਤੌਲ ਰੱਖ ਕੇ 10,000 ਰੁਪਇਆ ਖੋਇਆ ਸੀ ਅਤੇ ਇੱਕ ਹੋਟਲ ਦੇ ਮੈਨੇਜਰ ਕੋਲ 18,000 ਰੁਪਇਆ ਖੋਇਆ ਸੀ ਅਤੇ ਪਿੱਛੇ ਜੇ ਜੋ ਵਰਨਾ ਗੱਡੀ ਖੋਈ ਗਈ ਸੀ ਉਹਨਾਂ ਦੇ ਅਤੇ ਇੱਕ ਗਾਂ ਅਤੇ ਮੱਝ ਜੋ ਲੈ ਕੇ ਜਾ ਰਿਹਾ ਸੀ ਵਪਾਰੀ ਉਹਦੇ ਕੋਲ ਪੈਸੇ ਖੋ ਕੇ ਉਹਨਾਂ ਦੇ ਕੋਲੋਂ ਗੱਡੀ ਖੋਈ ਸੀ। ਇਹ ਸਾਰੇ ਜਿਹੜੇ ਕੇਸ ਆ ਇਸ ਲੁੱਟ ਕੋ ਗੈਂਗ ਜਿਹੜਾ ਵਾ ਇਹ ਤੋਂ ਕੇਸ ਟਰੇਸ ਹੋ ਗਏ ਨੇ ਔਰ ਇਹਨਾਂ ਕੋਲ ਜੋ ਲੁੱਟਾਂ ਖੋਣ ਦੇ ਬਾਅਦ ਕਰਨ ਸਮੇਂ ਜੋ ਹਥਿਆਰ ਵਰਤੇ ਸੀ ਉਹ ਅਸੀਂ ਬਰਾਮਦ ਕਰ ਲਏ ਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।